ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਯੂਟਿਊਬ ਚੈਨਲ ਮੀਤ ਅਕੈਡਮੀ ਦੇ ਉੱਤੇ। ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਜਾ ਰਹੀ ਹੈ। ਪੰਜਾਬ ਦੇ ਵਿੱਚ ਆਂਗਣਵਾੜੀ ਵਿਭਾਗ ਦੇ ਵਿੱਚ ਭਰਤੀ ਆ ਚੁੱਕੀ ਹੈ, ਜਿਹਦੇ ਵਿੱਚ ਹੈਲਪਰ, ਵਰਕਰ ਅਤੇ ਅਦਰ ਵੈਕੈਂਸੀ ਜਿਹੜੀਆਂ ਆਊਟ ਕੀਤੀਆਂ ਗਈਆਂ ਨੇ। ਕਿੱਦਾਂ ਤੁਸੀਂ ਅਪਲਾਈ ਕਰਨਾ, ਕਿਆ ਕਿਆ ਇਹਨਾਂ ਨੇ ਇਲੀਜੀਬਿਲਿਟੀ ਕ੍ਰਾਈਟੇਰੀਆ ਦੱਸਿਆ ਹੋਇਆ, ਕੌਣ ਕਦੋਂ ਤੋਂ ਕਦੋਂ ਤੱਕ ਇੱਥੇ ਅਪਲਾਈ ਕਰ ਸਕਦਾ ਆ, ਸਾਰਾ ਮੈਂ ਤੁਹਾਨੂੰ ਇਹਦੇ ਵਿੱਚ ਕਲੀਅਰ ਕਰਾਂਗੀ। ਉਸ ਤੋਂ ਪਹਿਲਾਂ ਜੇਕਰ ਸਾਡੇ ਚੈਨਲ 'ਤੇ ਪਹਿਲੀ ਵਾਰੀ ਵਿਜ਼ਿਟ ਕਰਦੇ ਪਏ ਹੋ, ਇਸੇ ਤਰ੍ਹਾਂ ਤੁਸੀਂ ਚਾਹੁੰਦੇ ਹੋ ਪੰਜਾਬ ਸਟੇਟ ਦੀ ਹਰ ਭਰਤੀ ਦੀ ਜਾਣਕਾਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਵੇ, ਤਾਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਬੈਲ ਆਈਕਨ ਨੂੰ ਜ਼ਰੂਰ ਦਬਾ ਲਿਓ। ਇਹਨਾਂ ਦਾ ਨੋਟੀਫਿਕੇਸ਼ਨ ਆ ਜਾਊਗਾ ਫ੍ਰੀ ਦੇ ਵਿੱਚ, ਜਦ ਵੀ ਮੈਂ ਤੁਹਾਡੇ ਵਾਸਤੇ ਕੋਈ ਨਵੀਂ ਜਾਣਕਾਰੀ ਲੈ ਕੇ ਆਵਾਂਗੀ। ਦੱਸਣਾ ਚਾਹਾਂਗੀ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ 1-2 ਨਵੇਂ ਨੋਟੀਫਿਕੇਸ਼ਨ ਵੀ ਆਏ ਆ ਲੋਕਲ ਗਵਰਨਮੈਂਟ ਦੇ, ਉਹ ਵੀ ਮੈਂ ਹੁਣੇ ਹੁਣੇ ਆਪਣੀ ਆਫਿਸ਼ੀਅਲ ਵੈਬਸਾਈਟ 'ਤੇ ਵਿਦ ਜਿਹੜਾ ਨਿਊਜ਼ ਪੇਪਰ ਦੇ ਵਿੱਚ ਨੋਟੀਫਿਕੇਸ਼ਨ ਆਇਆ ਉਹ ਅਟੈਚ ਕਰਕੇ ਅਪਡੇਟ ਕਰਕੇ ਆ ਚੁੱਕੀ ਹੈ। ਜਲਦੀ ਉਸ ਵੈਕੈਂਸੀਜ਼ ਨੂੰ ਵੀ ਜਾ ਕੇ ਜ਼ਰੂਰ ਚੈੱਕ ਕਰੋ, ਤਾਂ ਕਿ ਕੋਈ ਵੀ ਮੌਕਾ ਤੁਹਾਡੇ ਹੱਥੋਂ ਨਿਕਲ ਨਾ ਜਾਵੇ, ਠੀਕ ਹੈ। ਤਾਂ ਚਲੋ ਬਿਨਾਂ ਟਾਈਮ ਖਰਾਬ ਕੀਤੇ ਆਪਾਂ ਗੱਲ ਕਰਾਂਗੇ ਰਿਕਰੂਟਮੈਂਟ ਦੀ। ਕਿਸੇ ਵੀ ਪੰਜਾਬ ਦੇ ਇਗਜ਼ਾਮ ਦੀ ਤੁਸੀਂ ਤਿਆਰੀ ਕਰਦੇ ਪਏ ਹੋ, ਚਾਹੇ ਤੁਸੀਂ ਸੈਂਟਰਲ ਲੈਵਲ ਦੇ ਇਗਜ਼ਾਮ ਦੀ ਤਿਆਰੀ ਕਰਦੇ ਪਏ ਹੋ, ਚਾਹੇ ਸਟੇਟ ਲੈਵਲ ਦੀ, ਉਹਦੇ ਵਾਸਤੇ ਬੈਸਟ ਸਟੱਡੀ ਮਟੀਰੀਅਲ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਮਿਲ ਜੂਗਾ। ਉੱਥੇ ਜਾ ਕੇ ਤੁਸੀਂ ਸਾਰੀ ਜਾਣਕਾਰੀ ਲੈ ਸਕਦੇ ਆ, ਔਰ ਜਿਹੜਾ ਤੁਹਾਨੂੰ ਸਟੱਡੀ ਮਟੀਰੀਅਲ ਚਾਹੀਦਾ ਆ ਤੁਸੀਂ ਉਹਨੂੰ ਡਾਊਨਲੋਡ ਕਰ ਸਕਦੇ ਆ। PDF ਫੋਰਮੈਟ ਦੇ ਵਿੱਚ ਹੈ, ਤੁਸੀਂ ਆਪਣੇ ਅਕੋਰਡਿੰਗ ਉਹਨੂੰ ਸੰਭਾਲ ਵੀ ਸਕਦੇ ਆ, ਇਨ ਫਿਊਚਰ ਤੁਹਾਨੂੰ ਕੰਮ ਆ ਜਾਂਦਾ, ਠੀਕ ਹੈ। ਤਾਂ ਚਲੋ ਗੱਲ ਕਰਾਂਗੇ, ਜਿੱਦਾਂ ਕਿ ਤੁਹਾਨੂੰ ਮੈਂ ਦੱਸਿਆ ਪੰਜਾਬ ਆਂਗਣਵਾੜੀ ਵਿਭਾਗ ਦੇ ਵਿੱਚ ਭਰਤੀ ਆਈ ਹੈ, ਹੈਲਪਰ, ਵਰਕਰ ਅਤੇ ਅਦਰ ਵੈਕੈਂਸੀ ਆਊਟ ਕੀਤੀਆਂ ਗਈਆਂ। ਤਨਖਾਹ ਤੁਹਾਡੀ ਇੱਥੇ 16,000 ਪਰ ਮੰਥ ਰਹੇਗੀ। ਅਲੱਗ ਅਲੱਗ ਪੋਸਟਾਂ ਵਾਈਜ਼ ਹੈ ਵੈਸੇ ਤਨਖਾਹ, ਮੈਂ ਤੁਹਾਨੂੰ ਨੋਟੀਫਿਕੇਸ਼ਨ 'ਤੇ ਲੈ ਚੱਲਦੀ ਹੈ। ਅਪਲਾਈ ਕਰਨਾ ਵੀ ਸ਼ੁਰੂ ਹੋ ਚੁੱਕਿਆ ਤੁਹਾਡੇ ਵਾਸਤੇ, ਅਤੇ ਅਪਲਾਈ ਕਰਨਾ ਤੁਸੀਂ ਕਿੱਦਾਂ ਹੈ ਉਹ ਵੀ ਤੁਹਾਨੂੰ ਮੈਂ ਦੱਸਦੀ, ਪਹਿਲਾਂ ਤੁਹਾਨੂੰ ਮੈਂ ਨੋਟੀਫਿਕੇਸ਼ਨ ਦਿਖਾ ਦਿੰਦੀ ਹਾਂ। ਇਹਦੇ ਵਿੱਚ ਸਾਰੇ ਪੰਜਾਬ ਦੇ ਕੈਂਡੀਡੇਟ ਜਿਹੜੇ ਅਪਲਾਈ ਕਰ ਸਕਦੇ ਆ। ਤਨਖਾਹ ਜਿਹੜੀ 10,000 ਤੋਂ 16,000 ਤੱਕ ਰਹੇਗੀ, ਅਲੱਗ ਅਲੱਗ ਪੋਸਟਾਂ ਵਾਈਜ਼ ਹੈ, ਜੋ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਵੀ ਕਲੀਅਰ ਕੀਤਾ ਸੀਗਾ। ਆਖਰੀ ਮਿਤੀ ਜਿਹੜੀ ਅਪਲਾਈ ਕਰਨ ਦੀ ਹੈਗੀ ਹੈ ਸ਼ਾਮ 5 ਵਜੇ ਤੱਕ ਤੁਸੀਂ ਜਿਹੜਾ ਵਾ ਅਪਲਾਈ ਕਰਨਾ ਹੈ, ਆਫਲਾਈਨ ਤੁਸੀਂ ਅਪਲਾਈ ਕਰਨਾ ਆ 27 ਅਗਸਤ 2020 ਸ਼ਾਮ 5 ਵਜੇ ਤੱਕ। ਇਹਦੇ ਵਿੱਚ ਜਿਹੜੀ ਉਹ ਵੈਕੈਂਸੀਆਂ ਆਊਟ ਕੀਤੀਆਂ ਗਈਆਂ, ਕੇਸ ਵਰਕਰ ਦੀਆਂ 2 ਪੋਸਟਾਂ ਆਊਟ ਕੀਤੀਆਂ ਗਈਆਂ, ਪੈਰਾ ਲੀਗਲ ਪਰਸੋਨਲ ਲਾਇਰ ਦੀਆਂ ਜਿਹੜੀਆਂ 1 ਪੋਸਟ ਹੈ, ਮਲਟੀਪਰਪਸ ਹੈਲਪਰ ਵਾਸਤੇ 2 ਪੋਸਟਾਂ ਆਊਟ ਕੀਤੀਆਂ ਗਈਆਂ। ਬਾਕੀ ਇਹਨਾਂ ਨੇ ਦੱਸਿਆ ਹੋਇਆ ਇਹਦੇ ਵਿੱਚ ਬਿਨਾਂ ਪੱਤਰ ਅਤੇ ਮਤਲਬ ਜਿਹੜੀ ਐਪਲੀਕੇਸ਼ਨ ਫੋਰਮ ਹੈ ਔਰ ਜਿਹੜੇ ਰਿਕੁਆਇਰਡ ਡਾਕੂਮੈਂਟਸ ਅਤੇ ਰਿਕੁਆਇਰਡ ਕੁਆਲੀਫਿਕੇਸ਼ਨ ਹੈ, ਅਤੇ ਅਗਰ ਕੋਈ ਐਕਸਪੀਰੀਅੰਸ ਵੀ ਹੈ ਤਾਂ ਉਹਦੀ ਅਗਰ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ mansa.nic.in 'ਤੇ ਜਾ ਕੇ ਇਹਦੀ ਜਾਣਕਾਰੀ ਲੈ ਸਕਦੇ ਹਾਂ। ਇਹ ਜਿਹੜੀਆਂ ਵੈਕੈਂਸੀਆਂ ਇਹਨਾਂ ਨੇ ਆਊਟ ਕੀਤੀਆਂ ਹੈ ਦਫ਼ਤਰ ਜ਼ਿਲ੍ਹਾ ਪ੍ਰੋਗਰਾਮ ਅਫਸਰ ਦੇ ਅੰਡਰ ਕੀਤੀਆਂ ਹੈ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਵਿੱਚ, ਠੀਕ ਹੈ ਮਾਨਸਾ ਵੱਲੋਂ। ਜੇ ਤੁਸੀਂ ਇਲੀਜੀਬਲ ਹੈ ਜ਼ਰੂਰ ਅਪਲਾਈ ਕਰਿਓ, ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਆਪਣੇ ਫਰੈਂਡਸ ਦੇ ਨਾਲ ਤਾਂ ਕਿ ਉਹ ਵੀ ਅਪਲਾਈ ਕਰ ਸਕਣ।